क्या बेटी ने छः दो एक सफा छः हजार दो मैं लिखा टेंथ सात आठ दो आई लाऊंगा आज दे लाऊंगा आ गया मेरा
ওই সেকেন্ড আমি সাত একটা সন্দেহ করতে সম্ভব ਆਹ
ਆਹ ਉਹੀ ਕਿਤਾਬ ਹੈ ਤੁਹਾਡੇ ਬਹੁਤ ਕੰਮ ਦੀਆਂ ਗੱਲਾਂ ਨੇ
ਹੁਣ ਇਹ ਮੈਨੂੰ ਵੀ ਕੋਈ ਪੈਸਾ ਆ ਗਿਆ ਲੋਕੀ ਦਾ ਵੀ ਹੋਰ ਕੰਮ ਕਰਾਉਣਾ ਸੋਚ ਸਕੀ ਕਿੰਨੇ ਜਾਂਦੇ ਆ ਜਿੰਨਾ ਵੀ ਦੋ ਸੌ ਪੈਸੇ ਹੁੰਦੇ ਆ ਬਹੁਤ ਜ਼ਿਆਦਾ ਬੋਲੇ ਉਹ ਕੀ ਕਰਦੇ ਆ ਐਂ ਗਰੀਬ ਭਾਈ ਕੰਮ ਹੁਣ ਇਹ ਤਾਂ ਹੁੰਦਾ ਹੀ ਹੈ ਕਿ ਦੂਰੇ ਕੰਮ ਕਰਦੇ ਆ ਇੱਕ ਨੂੰ ਸੋਚ ਕਰਦੀ ਹੈ ਦੂਜੇ ਨੂੰ ਰਹਿੰਦੀ ਹੈ ਤੀਜੇ ਨੂੰ ਆਪਣੇ ਆਪ ਹੀ ਲੱਗਦੀ ਅਤੇ ਹਮੇਸ਼ਾ ਇਹ ਤਿੰਨ ਮੋੜੇ ਹੋਣਗੇ ਨਾ ਦੋ ਕੋਲ ਨਾ ਚਾਰ ਕੋਲ ਕਿਉਂਕਿ ਪਤਾ ਵੀ ਤਿੰਨ ਦਿਨ ਲੈ ਜਾਣੀ ਆਮ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ ਅਤੇ ਸਮੇਂ ਇਹਦਾ ਫਰੰਡ ਕੋਲ ਆਫ ਪੈਣਗੇ ਕਿਉਂਕਿ ਤਿੰਨ ਦਿਨ ਦੌਰਾਨ ਆਉਂਦੇ ਨਾ ਕੋਲ ਤਾਂ ਵੀ ਨਾ ਮਾਰੀ ਇਹ ਜਿੰਨਾ ਸਮਝ ਦੀ ਲੋੜ ਹੈ ਤਾਂ ਆਪਾਂ ਇੱਕਾਂ ਜਾਣੇ ਕੱਪੀ ਆ ਗਿਆ
ये भी लूंगा ना। धुआं देखो बेटी ने चढ़ दी है, काट लो। और ये होता है जो अपना हम तो भाता भाता के किसी को भरती है और कौन भरती है आपका किसी को किसी मामले वाले के लिए जब भी किसी जब भी कौन भी है उसके लिए क्या आपका भरती है आता कॉन्फर्म नाही राहत एकच पॅटर्न पाहून सांगू देखो एक गल हैगी आहे इह तुहाडे ते निर्भर आहे कि तुसीं इह विज्ञानिक तरीके नूं किन्ना तरीके नाल देखदे हो तुहाडे वास्ते हुण आपां इह वास्ते आई सकैंड दे सोमवार दिन वास्ते बेटी ने टेक्निकल के टेक्निकल के आज कॉन्फर्म जान कॉन्फर्म ਛੇ ਦੇ ਛੇ
ਜਿਹੜਾ ਇੱਥੋਂ ਪਹੁੰਚਦੇ ਸੀ ਉਹ ਹੋ ਗਿਆ ਕੰਮ ਜਾ ਗਿਆ ਇਹਦਾ ਟੋਟਾ ਲੱਗਿਆ ਜੀ ਕਿਉਂਕਿ ਪਿੱਛੋਂ ਫੇਰ ਇਹਨੇ ਬੈਠ ਕੇ ਲਿਖਿਆ ਉਹਨੇ ਬੇਟੇ ਲਿਖਿਆ ਬੱਚੇ ਨੇ ਲਿਖਿਆ ਚਾਰ ਰਕਮਾਂ ਤਾਂ ਫਿਰ ਲਿਖੇ ਨਾ ਹੁਣ ਅਗਲਾ ਪੈ ਛੋੜੋ ਅਗਲਾ ਕਿਹਾ ਨਹੀਂ ਫੇਰ ਰਕਮਾਂ ਤਾਂ ਲਿਖੀ ਅਗਲੀ ਰਕਮ ਮੈਂ ਲਿਖੀ ਆ ਇਸੇ ਰਕਮ ਦੇ ਵਿੱਚ ਹੀ ਸਾਰੀ ਫੇਰਾ ਫੇਰੀ ਜਾਂ ਕਹਿ ਲਓ ਵਿਗਿਆਨ ਹੈ ਜਾਂ ਗਿਆਨ ਹੈ ਇੱਥੇ ਕੀ ਕੀਤਾ ਇਸ ਰਕਮ ਦਾ ਇਸ ਰਕਮ ਦਾ ਜੋੜ ਨੌਂ ਦਾ ਅਤੇ ਨੌਂ ਆਉਣਾ ਚਾਹੀਦਾ ਫਿਰ ਇੱਕ ਰਕਮ ਬੇਟੀ 'ਚ ਲਿਖੀ ਇੱਕ ਰਕਮ 'ਚ ਲਿਖੀ ਮੈਂ ਲਿਖੀ ਫਿਰ ਇਸ ਰਕਮ ਦਾ ਇਸ ਰਕਮ ਦਾ ਜੋੜ ਨੌਂ ਟੋਟਲ ਸਹੀ ਆਊਗਾ ਇੱਕ ਰਕਮ ਹੁਣ ਜੇ ਚੰਗਾ ਲੱਗਿਆ ਤਾਂ ਤੁਹਾਨੂੰ ਆਹ ਜਿਹੜਾ ਸ਼ਰਾਬ ਤੋਂ ਪਾਣੀ ਦਾ ਦੁੱਧ ਬਣਿਆ ਅਸਲ ਦੇ ਵਿੱਚ ਇਹ ਸ਼ਰਾਬ ਨਹੀਂ ਹੈ ਇਹ ਮੈਂ ਕਿਹਾ ਪਾਣੀ ਦਾ ਜੱਗ ਮੰਗਾਇਆ ਉਹ ਤਾਂ ਸ਼ਰਾਬ ਵਾਲੀ ਹੈ ਖਾਲੀ ਲੈ ਕੇ ਆਇਆ ਸੀ ਘਰੋਂ ਪਾਣੀ ਦਾ ਜੱਗ ਮੰਗਾਇਆ ਪਾਣੀ ਦੀ ਭਰਤੀ ਇਹਦੇ ਵਿੱਚ ਇੱਕ ਢੱਕਣ ਬਿਗਾ ਜੀਨ ਦਾ ਹੁੰਦਾ ਸੀ ਬਿਗਾ ਜੀਨ ਜਿਹੜੀ ਡਾਕਟਰਾਂ ਦੇ ਕੰਮ ਆਉਂਦੀ ਹੈ ਡਾਕਟਰ ਵਰਤਦੇ ਆ ਜ਼ਖਮ ਧੋਣ ਦੇ ਕੰਮ ਆਉਂਦੀ ਹੈ ਇਹਦਾ ਕਲਰ ਸ਼ਰਾਬ ਦਾ ਬਣ ਗਿਆ ਆਹ ਇੱਕ ਗੋਲੀ ਹੈ ਵਿਟਾਮਿਨ ਸੀ ਦੀ ਗੋਲੀ ਹੈ ਇਹ ਜਾਂ ਤਾਂ ਮੇਰੇ ਵਰਗੇ ਬਜ਼ੁਰਗਾਂ ਨੂੰ ਜਾਂ ਕਮਜ਼ੋਰ ਬੱਚਿਆਂ ਨੂੰ ਤਾਕਤ ਵਾਸਤੇ ਦਿੱਤੀ ਜਾਂਦੀ ਹੈ ਹੁਣ ਮੈਂ ਕੀ ਕੀਤਾ ਜਦੋਂ ਇੱਥੋਂ ਗਲਾਸ ਚੱਕਿਆ ਜਾਂ ਪਾਇਆ ਤਾਂ ਇਸ ਗੋਲੀ ਦਾ ਚੌਥਾ ਟੁਕੜਾ ਚੌਥਾ ਹਿੱਸਾ ਟੁਕੜਾ ਮੇਰੇ 'ਚ ਉਂਗਲਾਂ ਸੀਗਾ ਤੁਹਾਨੂੰ ਕਿਸੇ ਨੇ ਵੀ ਪਤਾ ਲੱਗਿਆ ਮੈਂ ਇਹ ਆਪਣੇ ਸਿਰ ਹਿਲਾਇਆ ਤਾਂ ਆਹ ਗੋਲੀ ਜਿਹੜੀ ਸੀ ਇਹਦੇ ਵਿੱਚ ਖੁਰ ਗਈ ਇਹਦੇ ਇਹਨਾਂ ਸੀਗਾ ਬਿਗਾ ਜੀ ਦਾ ਰੰਗ ਆਉਂਦਾ ਦੇਖਣ ਵਾਲਾ ਲੱਗਦਾ ਵੀ ਇਹ ਸ਼ਰਾਬ ਦਾ ਪਾਣੀ ਬਣ ਗਿਆ ਹੁਣ ਇਹ ਦੋਨੇ ਚੀਜ਼ਾਂ ਮੈਡੀਕਲ ਵਿਗਿਆਨ ਹੈ ਮੈਡੀਕਲ ਸਾਇੰਸ ਪਰ ਸਾਇੰਸ ਕਿਸੇ ਨੂੰ ਨਹੀਂ ਪਤਾ ਕਿ ਇੱਦਾਂ ਦਾ ਰਿਐਕਸ਼ਨ ਵੀ ਹੁੰਦਾ ਇਹਦਾ ਜਿਹਦੇ ਨਾਲ ਆਪਸ ਰਿਐਕਸ਼ਨ ਹੁੰਦਾ ਤਾਂ ਇਹਦਾ ਦਾ ਰੰਗ ਇਹਦਾ ਰੰਗ ਜਿਹੜਾ ਹੈਗਾ ਚੇਂਜ ਹੋ ਉਸ ਅਨਪੜ੍ਹ ਬਾਬੇ ਨੂੰ ਪਤਾ ਅਨਪੜ੍ਹ ਤੌਰ ਤੇ ਨਹੀਂ ਪਤਾ ਅਤੇ ਲੱਖਾਂ ਲੋਕਾਂ ਨੂੰ ਮੂਰਖ ਬਣਾ ਗਿਆ ਉਹ ਲੱਖਾਂ ਲੋਕਾਂ ਦੀ ਭੀੜ ਜਿਹੜੇ ਨੇ ਮਗਨ ਲਾ ਆਹ ਜਿਹੜਾ ਦੁੱਧ ਬਣਾਇਆ ਇੱਥੇ ਸ਼ਰਾਬ ਤੋਂ ਇਹ ਕੀ ਸੀਗਾ ਇਹ ਵੀ ਮੈਡੀਕਲ ਵਿਗਿਆਨ ਹੈ ਡਾਕਟਰਾਂ ਦੇ ਕੰਮ ਆਉਂਦੀ ਹੈ ਡਾਕਟਰ ਜਿਹੜਾ ਹੈਗਾ ਇਹਨੂੰ ਵੀ ਜ਼ਖਮ ਧੋਣ ਵਾਸਤੇ ਸਾਫ ਕਰਨ ਵਾਸਤੇ ਇਹਦੇ ਵਿੱਚ ਥੋੜ੍ਹਾ ਅੱਧਾ ਚਮਕਾਰ ਪਹਿਲੇ ਇੱਥੇ ਗਲਾਸ ਖਾ ਕੇ ਰੱਖੀ ਹੋਈ ਅਤੇ ਇਹਦਾ ਜਿਹੜਾ ਡੋਰ ਦਾ ਹੈਗਾ ਇੱਕੋ ਹੀ ਤਾਂ ਹੈਗਾ ਕਿ ਇਹਦਾ ਹੁਣ ਦੇਖਣ ਦਾ ਨੰਬਰ ਨੰਬਰ ਜਿਹੜਾ ਹੈਗਾ ਉਹ ਬਿਲਕੁਲ ਸ਼ਰਾਬ ਵਰਗਾ ਹੈਗਾ ਸ਼ਰਾਬ ਵਰਗਾ ਨਾ ਪਰ ਜਦੋਂ ਇਹਨੂੰ ਕਿਸੇ ਚੀਜ਼ 'ਚ ਪਾਵਾਂਗੇ ਪਾਣੀ 'ਚ ਪਾਵਾਂਗੇ ਕਿਸੇ ਵੀ ਚੀਜ਼ 'ਚ ਪਾਵਾਂਗੇ ਤਾਂ ਇਹਦਾ ਜਿਹੜਾ ਹੈਗਾ ਰੰਗ ਇਹਦਾ ਵਾਈਟ ਹੋਵੇ ਹਮੇਸ਼ਾ ਵਾਈਟ ਹੋਵੇ ਇਹ ਚੀਜ਼ ਆ ਜਿਹੜੀ ਤੁਹਾਨੂੰ ਦੱਸਿਆ ਹੈਗਾ ਅਸਲ ਦੇ ਵਿੱਚ ਹੈ ਇੱਕ ਔਟਮ
ਪਰ ਇਹਦੇ ਵਿੱਚ ਕੀ ਹੈਗਾ ਕਿ ਇਹਦੇ ਵਿੱਚ ਬਹੁਤ ਬਰੀਕ ਮਾਤਰਾ ਦੇ ਵਿੱਚ ਸ਼ੀਸ਼ਾ ਪਾਇਆ ਹੋਇਆ ਅਤੇ ਉਹ ਪੱਗ ਹੈ ਜਿਹੜੀ ਸਾਡੇ ਫਰਿੱਜਾਂ ਦੀ ਬਾਡੀ ਦੇ ਵਿੱਚ ਹੁੰਦੀ ਹੈ, ਜਿਹੜੀ ਫਰਿੱਜ ਦੇ ਵਿੱਚ ਚੀਜ਼ ਨੂੰ ਠੰਡੀ ਰੱਖਦੀ ਹੈ। ਜਾਂ ਜਿਹੜੀ ਆਪਾਂ ਸਮੋਸ ਵਰਤਦੇ ਹੈਗੇ ਹਾਂ, ਜੇ ਆਪਾਂ ਗਰਮ ਪਾਣੀ ਗਰਮ ਰਹਿੰਦੀ ਹੈ ਚੀਜ਼, ਜੇ ਆਪਾਂ ਚੀਜ਼ ਠੰਡੀ ਪਾਉਂਦੇ ਠੰਡੀ ਰਹਿੰਦੀ ਹੈ, ਅਤੇ ਉੱਥੇ ਵਰਤੀ ਜਾਂਦੀ ਹੈ ਕੌਣ ਰਹੇ ਪਰ ਕਿਸੇ ਨੂੰ ਨਹੀਂ ਪਤਾ। ਕਿਉਂਕਿ ਇਹ ਜਦੋਂ ਇੱਥਾਂ ਪਾਰਟੀ ਗਈ ਆਹ ਹੁਣ ਜੇ ਪਾਰਟੀ ਦੇ ਇਹਦਾ ਜਿਹੜਾ ਬਾਹਰਲਾ ਤਾਪਮਾਨ ਹੈ, ਚਾਹੇ ਉਹ ਗਰਮ ਹੈ ਚਾਹੇ ਠੰਡਾ ਹੈ, ਇਹਦੇ ਇਹਨੂੰ ਪਾਰ ਕਰਕੇ ਅੰਦਰ ਨਹੀਂ ਜਾਂਦਾ, ਇਸੇ ਕਰਕੇ ਇਹਨੂੰ ਅੱਗ ਵੀ ਨਹੀਂ ਫੜਦੀ। ਸੇਵਾ ਪਿੰਡ ਸਿੱਖੋ ਜੋ ਮਾਤਾ ਗਾਂਧੀ ਦੇਖੋ ਉਹਨਾਂ ਦਾ ਆਪਣੀ ਸੰਸਥਾ ਦੇ ਵਿੱਚ ਆਉਂਦੇ ਹੋ
ਸਾਂਝਾ ਕਰ ਸਕਦਾ ਆਪਣੇ ਨਾਲ।